ਕੱਲ੍ਹ ਹੁਣ ਅਸੀਂ ਤੁਹਾਡੀ ਮੁਲਾਕਾਤ ਇੱਕ ਮਹਿਲਾ ਕੌਂਸਲਰ ਮੈਡਮ ਹਰਸ਼ਰਨ ਕੌਰ ਹੈਪੀ ਜੀ ਨਾਲ ਕਰਵਾ ਰਹੇ ਹਾਂ ਅਤੇ ਇਹਨਾਂ ਦਾ ਸਾਡੇ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ ਅਤੇ ਨਾਲ ਹੀ ਇਹਨਾਂ ਦੇ ਹਸਬੈਂਡ ਸ਼੍ਰੀ ਸੁਰਿੰਦਰ ਸਿੰਘ ਪਾਪਾ ਜੀ। ਇਹ ਪਹਿਲਾਂ ਤਾਂ ਤੁਹਾਡਾ ਦੋਨਾਂ ਦਾ ਬਹੁਤ ਬਹੁਤ ਸਾਡੇ ਪ੍ਰੋਗਰਾਮ ਵਿੱਚ ਸਵਾਗਤ ਹੈ। ਤੁਹਾਡਾ ਨਾਮ ਮੈਡਮ ਹੈਪੀ ਹੈ, ਤੁਸੀਂ ਖੁਸ਼ ਵੀ ਰਹਿੰਦੇ ਹੋ, ਕਦੇ ਕਦੇ ਉਦਾਸ ਵੀ ਹੁੰਦੇ ਹੋ? ਪਹਿਲੇ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਰਸ਼ਰਨ ਕੌਰ, ਹੈਪੀ ਵਾਰਡ ਨੰਬਰ 31 ਤੋਂ। ਦੇਖੋ ਜੀ, ਜਿਹੜੇ ਖੁਸ਼ੀ ਗਮੀ ਉਹ ਤਾਂ ਆਉਂਦੀ ਰਹਿੰਦੀ ਹੈ, ਅਤੇ ਕਦੀ ਹੱਸਣਾ ਅਤੇ ਕਦੀ ਰੋਣਾ, ਇਹ ਤਾਂ ਜ਼ਿੰਦਗੀ ਦੇ ਨਾਲ ਹੀ ਹੈ ਜੀ। ਇਹ ਤੁਸੀਂ ਜਦੋਂ ਇਹੋ ਤੁਸੀਂ ਇਲੈਕਸ਼ਨ ਵਿੱਚ ਖੜ੍ਹੇ ਹੋਣ ਦਾ ਮਨ ਬਣਾਇਆ ਸੀ, ਇਹ ਤੁਹਾਡੇ ਵੱਲੋਂ ਸੀ ਆਈਡੀਆ ਕਿ ਜਾਂ ਤੁਹਾਡੇ ਹਸਬੈਂਡ ਵੱਲੋਂ ਸੀ? ਇਹ ਮੇਰੀ ਫੈਮਿਲੀ ਵੱਲੋਂ ਹੀ ਸੀ, ਫੈਮਿਲੀ ਵੱਲੋਂ, ਮੇਰੇ ਬੱਚਿਆਂ ਵੱਲੋਂ, ਮੇਰੇ ਹਸਬੈਂਡ ਵੱਲੋਂ। ਅੱਛਾ, ਫੈਮਿਲੀ ਕੀ ਹੈ ਤੁਹਾਡੀ, ਉਹ ਵੀ ਦੱਸਿਓ ਜਰਾ। ਫੈਮਿਲੀ ਮੇਰੀ ਦੋ ਬੇਟੀਆਂ, ਇੱਕ ਬੇਟਾ। ਅੱਛਾ ਅੱਛਾ। ਤੇ ਬੇਟਾ ਮੇਰਾ ਆਸਟ੍ਰੇਲੀਆ, ਬੇਟੀ ਮੈਰਿਡ ਹੈ, ਛੋਟੀ ਬੇਟੀ ਸਕੂਲਿੰਗ। ਤੇ ਇਹ ਫਿਰ ਜਦੋਂ ਪੋਲਿਟਿਕਸ ਵਿੱਚ ਆ ਜਾਂਦਾ, ਫਿਰ ਘਰ ਦਾ ਸਿਸਟਮ ਵੀ ਉਲਟ ਪੁਲਟ ਹੋ ਜਾਂਦਾ ਹੈਗਾ, ਫਿਰ ਇਹ ਤੁਸੀਂ ਘਰ ਦਾ ਵੀ ਕਿਵੇਂ ਮੈਨੇਜ ਕਰਦੇ ਹੋ, ਇਹਨਾਂ ਲਈ ਵੀ ਰੋਟੀ ਪਾਣੀ ਬਣਾਉਣਾ, ਪੋਲਿਟਿਕਸ ਵੀ ਦੇਖਣੀ ਹੈਗੀ? ਰੋਟੀ ਪਾਣੀ ਇਸ ਤਰ੍ਹਾਂ ਜੀ, ਮੇਰੀ ਮੇਡ ਹੈ 25 ਸਾਲ ਤੋਂ, ਕੋਈ ਸੰਭਾਲ ਰਹੀ ਹੈ ਸਾਰਾ, ਬਾਕੀ ਮੇਰੀ ਫੈਮਿਲੀ ਦੀ ਮੈਨੂੰ ਬਹੁਤ ਸਪੋਰਟ ਹੈ, ਮੇਰੀਆਂ ਫਰੈਂਡਸ ਹੈ, ਮੇਰੀ ਟੀਮ ਵਰਕ ਬਹੁਤ ਅੱਛਾ ਹੈ, ਮੇਰੀਆਂ ਫਰੈਂਡਸ ਦੀ ਸਪੋਰਟ ਬਹੁਤ ਹੈ, ਮੇਰੇ ਹਸਬੈਂਡ ਦੀ, ਮੇਰੇ ਬੱਚਿਆਂ ਦੀ, ਉਹਨਾਂ ਨਾਲ ਸਾਰਾ ਪਤਾ ਹੀ ਨਹੀਂ ਲੱਗਦਾ ਟਾਈਮ ਦਾ। ਸੁਰਿੰਦਰ ਜੀ, ਤੁਸੀਂ ਵੀ ਦੱਸੋ ਵੀ ਜਦੋਂ ਇਹ ਤੁਸੀਂ ਪੋਲਿਟਿਕਸ ਵਿੱਚ ਮੈਡਮ ਨੇ ਆਉਣ ਦਾ ਇਰਾਦਾ ਬਣਾਇਆ ਸੀ, ਵੀ ਤੁਹਾਡਾ ਕਿਹੋ ਜਿਹਾ ਰਿਸਪੋਂਸ ਸੀ? ਮੈਨੂੰ ਤਾਂ ਬੜਾ ਚੰਗਾ ਲੱਗਾ ਜੀ, ਸਾਡੇ ਹਲਕਾ ਵਿਧਾਇਕ ਨੇ ਸਰਦਾਰ ਪ੍ਰਗਟ ਸਿੰਘ ਜੀ ਜੀ, ਉਹ ਮੇਰੇ ਬੜੇ ਅੱਛੇ ਦੋਸਤ ਨੇ। ਹਾਂਜੀ, ਉਹਨਾਂ ਨੇ ਇੱਕ ਦਿਨ ਮੇਰੇ ਨਾਲ ਸਲਾਹ ਕੀਤੀ ਵੀ ਵਾਰਡ ਨੰਬਰ 31 ਚੋਂ ਆਪਾਂ ਨੂੰ ਕੋਈ ਲੇਡੀ ਕੌਂਸਲਰ ਚਾਹੀਦੀ ਹੈ। ਅੱਛਾ ਅੱਛਾ। ਜਦੋਂ ਉਹਨਾਂ ਨੇ ਮਿਸਿਜ਼ ਦਾ ਨਾਂ ਲਿਆ, ਮੈਂ ਕਿਹਾ ਪ੍ਰਗਟ ਜੀ ਮਿਸਿਜ਼, ਚਲੋ ਪਹਿਲਾਂ ਵੀ ਸੋਸ਼ਲ ਨੇ ਵੀ ਕੰਮ ਵੀ ਕਰ ਸਕਦੇ ਨੇ, ਤੇ ਉਹਨਾਂ ਨੇ ਜਿਹੜੀ ਚੋਇਸ ਕਹਿੰਦੇ ਰਾਈਟ ਚੋਇਸ ਹੈ, ਤੇ ਮੈਂ ਉੱਥੇ ਪ੍ਰਗਟ ਸਿੰਘ ਯੈਸ ਕਰਤੀ, ਤੇ ਉਹਨਾਂ ਨੇ ਇਹ ਬੀੜਾ ਅੱਗੋਂ ਚੱਕਿਆ, ਤੇ ਹਲਕਾ ਵਿਧਾਇਕ ਦੀ ਚੋਇਸ ਦੇ ਨਾਲ ਹੀ ਅਸੀਂ ਕੌਂਸਲ ਇਲੈਕਸ਼ਨ ਲੜੀ। ਅਸੀਂ ਕਾਫੀ ਮਤਲਬ ਨਵੇਂ ਸੀ ਇਲੈਕਸ਼ਨ ਦੇ ਵਿੱਚ, ਏਰੀਆ ਵੱਡਾ ਸੀ, ਪਰ ਲੋਕਾਂ ਦੇ ਪਿਆਰ ਤੇ ਸਰਕਾਰ ਨਾਲ ਅਸੀਂ ਜਿੱਤ ਹਾਸਲ ਕੀਤੀ, ਔਰ ਵੱਡੇ ਵੱਡੇ ਮਾਰਜਨ ਦੀ ਜਿੱਤ ਹਾਸਲ ਕੀਤੀ। ਬਹੁਤ ਅੱਛੀ ਗੱਲ ਮੈਡਮ। ਤੁਸੀਂ ਦਰਸ਼ਕਾਂ ਨੂੰ ਇਹ ਦੱਸੋ ਵੀ ਜਦੋਂ ਦੇ ਤੁਸੀਂ ਕੌਂਸਲਰ ਬਣੇ ਹੋ, ਖਾਸ ਤੌਰ 'ਤੇ ਤੁਹਾਡੇ ਇਲਾਕੇ ਵਿੱਚ ਥੋੜ੍ਹਾ ਜਿਹਾ ਗਰੀਬ ਏਰੀਆ ਵੀ ਆਉਂਦਾ, ਕੁਛ ਅਮੀਰ ਲੋਕ ਵੀ ਹੈਗੇ ਆ, ਅਤੇ ਗਰੀਬਾਂ ਲਈ ਕੀ ਕੁਛ ਕੰਮ ਕੀਤੇ ਹੈਗੇ ਤੁਸੀਂ? ਇਹਨਾਂ ਲਈ ਜੀ ਅਸੀਂ ਪੈਨਸ਼ਨ ਦਾ ਕਾਫੀ ਕਰ ਚੁੱਕੇ ਹਾਂ, ਨੀਲੇ ਕਾਰਡ ਬਣਾ ਰਹੇ ਹਾਂ, ਉਸ ਤੋਂ ਬਾਅਦ ਗੈਸ ਕਨੈਕਸ਼ਨ ਦੇ ਅਸੀਂ ਕਾਫੀ ਜ਼ਿਆਦਾ ਕਨੈਕਸ਼ਨ ਇਹਨਾਂ ਨੂੰ ਮਤਲਬ ਫ੍ਰੀ ਆਫ ਕੋਸਟ ਦੇ ਚੁੱਕੇ ਹਾਂ। ਅੱਛਾ। ਇਹਨਾਂ ਦੇ ਲਈ ਕੰਮ ਕਰਨਾ ਮੈਨੂੰ ਬੜਾ ਅੱਛਾ ਲੱਗਦਾ, ਕਿਉਂਕਿ ਮੇਰਾ ਟੀਮ ਵਰਕ ਬਹੁਤ ਅੱਛਾ ਹੈ, ਮੇਰੀਆਂ ਜਿਹੜੀਆਂ ਭੈਣਾਂ ਨੇ, ਜਿਹੜੇ ਮੇਰੇ ਭਰਾ ਨੇ, ਔਰ ਸਪੈਸ਼ਲੀ ਜਿਹੜਾ ਮੇਰੇ ਵਾਰਡ ਵਾਸੀ ਨੇ, ਮੇਰਾ ਬਹੁਤ ਸਹਿਯੋਗ ਦੇ ਰਹੇ ਇਹਨਾਂ ਦੀ, ਤੁਹਾਡੀ ਟੀਮ ਵਾਲੀਆਂ ਜਿਹੜੀਆਂ ਸਾਥਣਾ ਤੁਹਾਡੀ, ਉਹਨਾਂ ਨਾਲ ਵੀ ਅਸੀਂ ਆਪਣੇ ਦਰਸ਼ਕਾਂ ਨਾਲ ਗੱਲਬਾਤ ਕਰਾਵਾਂਗੇ। ਤੇ ਇਹ ਕਿੰਨੀ ਕੁ ਪੈਨਸ਼ਨ ਮਿਲਦੀ ਹੁੰਦੀ, ਇਹਦੇ ਲਈ ਕੀ ਕੀ ਫਾਰਮੈਲਿਟੀ ਹੁੰਦੀ ਹੈ? ਇਹਦੇ ਵਿੱਚ ਜੀ 750 ਰੁਪਇਆ ਮਹੀਨਾ ਪੈਨਸ਼ਨ ਹੈ। ਅੱਛਾ। ਇਹਦੇ ਵਿੱਚ ਇੱਕ ਆਧਾਰ ਕਾਰਡ ਦੀ ਕਾਪੀ, ਇੱਕ ਬੈਂਕ ਦੀ ਕਾਪੀ ਤੇ ਇੱਕ ਫੋਟੋ ਸਾਨੂੰ ਚਾਹੀਦੀ ਹੁੰਦੀ ਹੈ। ਅੱਛਾ। ਜਿਹਦੇ ਵਿੱਚ ਕਿ ਸਿਰਫ ਅਸੀਂ ਪ੍ਰੂਫ ਲੈਂਦੇ ਹਾਂ, ਤੇ ਜਿਹੜੇ ਹੈਗੇ ਨੇ ਇਹਨਾਂ ਦੇ ਫਾਰਮ, ਉਹ ਅਸੀਂ ਆਪ ਭਰਦੇ ਹਾਂ, ਬਈ ਸਾਡੇ ਕਿਸੇ ਵੀ ਵਾਰਡ ਵਾਲੇ ਬੰਦੇ ਨੂੰ ਕੋਈ ਤਕਲੀਫ ਨਾ ਹੋਵੇ, ਇਸ ਕਰਕੇ ਅਸੀਂ ਸਾਰੇ ਆਪਣੇ ਆਪ ਫਾਰਮ ਭਰਦੇ ਹਾਂ ਉਹਨਾਂ ਦੇ। ਅੱਛਾ ਅੱਛਾ, ਬਹੁਤ। ਬਾਕੀ ਅਸੀਂ ਕੋਈ ਵਾਰਡ ਨਹੀਂ ਦੇਖ ਰਹੇ, ਸਾਡੇ ਕੋਲ ਕੋਈ ਵੀ ਆਵੇ, ਕਿਸੇ ਵੀ ਵਾਰਡ ਦਾ ਬੰਦਾ, ਜ਼ਰੂਰੀ ਨਹੀਂ ਕਿ 31 ਨੰਬਰ ਵਾਰਡ ਦਾ ਹੀ, ਕੋਈ ਵੀ ਸਾਡੇ ਕੋਲ, ਕੋਈ ਬਜ਼ੁਰਗ, ਕੋਈ ਹੈਂਡੀਕੈਪ, ਕੋਈ ਵਿਡੋ, ਕੋਈ ਵੀ ਜਿਹੜਾ ਸਾਡੇ ਕੋਲ ਆਏਗਾ, ਉਹਨਾਂ ਲਈ ਸਾਡਾ ਮੋਸਟ ਵੈਲਕਮ, ਸਾਡੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹੈ, ਅਤੇ ਉਹਨਾਂ ਦੇ ਸੇਵਾ ਲਈ ਅਸੀਂ ਹਮੇਸ਼ਾ ਬੈਠੇ ਹਾਂ। ਬਹੁਤ ਅੱਛੀ ਗੱਲ। ਇਹ ਫਿਰ ਬਾਕੀ ਏਰੀਆ ਤਾਂ ਬੜੇ ਲੋਕ ਅੱਛੇ ਆ, ਖਾਂਦੇ ਪੀਂਦੇ ਘਰਾਂ ਦੇ ਆ, ਇਹਨਾਂ ਦੀਆਂ ਤਾਂ ਮੇਨ ਇਹ ਵੀ ਸਾਨੂੰ ਸੜਕ ਵਧੀਆ ਚਾਹੀਦੀ ਹੈ, ਸਾਨੂੰ ਅਸੀਂ ਸੈਰ ਕਰਨੀ ਹੁੰਦੀ, ਪਾਰਕ ਵਧੀਆ ਚਾਹੀਦੇ ਆ, ਕੁਛ ਇਹਦੇ ਬਾਰੇ ਵੀ ਸੋਚ ਰਹੇ ਹੋ ਤੁਸੀਂ? ਹਾਂਜੀ, ਮੈਂ ਆਪਣੇ ਮੇਨ ਜਿਹੜੀ ਸਾਨੂੰ ਪ੍ਰੋਬਲਮ ਆ ਰਹੀ ਹੈ ਪਾਰਕਾਂ ਦੀ ਮੇਨਟੇਨੈਂਸ ਦੀ ਹੈ। ਜਿਹੜੇ ਸਾਡੇ ਪਾਰਕ ਨੇ ਇਸ ਟਾਈਮ, ਉਹਨਾਂ ਦੇ ਝੂਲੇ ਸਾਰੇ ਟੁੱਟੇ ਹੋਏ ਆ, ਪਾਰਕ ਜਿਹੜੇ ਪਲਸਤਰ ਕਰਾਉਣ ਵਾਲੇ ਆ, ਪੇਂਟ ਨਹੀਂ ਹੋ ਰਹੇ। ਅਸੀਂ ਆਪਣੇ MP ਸਾਹਿਬ ਨੂੰ ਇੱਕ ਹੀ ਕਹਿ ਰਹੇ ਹਾਂ ਕਿ ਸਾਨੂੰ ਗ੍ਰਾਂਟ ਦਿੱਤੀ ਜਾਵੇ। ਸਾਡੇ ਸੰਤੋਖ ਸਿੰਘ ਚੌਧਰੀ ਜੀ ਕਾਫੀ ਕੋਆਪਰੇਟ ਕਰ ਰਹੇ ਨੇ, ਸਾਡੇ MLA ਸਾਹਿਬ, ਸਾਡੇ ਆਫਿਸਰ ਸਾਹਿਬਾਨ, ਕਾਫੀ ਜ਼ਿਆਦਾ ਸਾਨੂੰ ਉਹਨਾਂ ਦਾ ਸਹਿਯੋਗ ਹੈ, ਉਹਨਾਂ ਕਰਕੇ ਸਾਡਾ ਕੰਮ ਕਾਫੀ ਹੱਦ ਤੱਕ ਅੱਛਾ ਚੱਲ ਰਿਹਾ। MP ਕੋਲ ਤਾਂ ਗ੍ਰਾਂਟ ਬਹੁਤ ਹੁੰਦੀ, ਵੈਸੇ ਵੀ ਸਰਕਾਰ ਜਾਣੇ ਵਾਲੀ, ਹੁਣ ਚੌਧਰੀ ਸਾਹਿਬ ਨੂੰ ਬੇਨਤੀ ਕਰਕੇ ਲੈ ਲਓ ਜਿੰਨਾ ਪੈਸਾ ਲੈ ਤੱਕ। ਹਾਂਜੀ, ਗਏ ਸੀ ਜੀ ਅਸੀਂ ਚੌਧਰੀ ਸਾਹਿਬ ਕੋਲ, ਰਿਕੁਐਸਟ ਕਰਕੇ ਆਏ ਹਾਂ, ਉਹਨਾਂ ਨੇ ਸਾਨੂੰ ਦਿੱਤਾ ਹੋਇਆ ਵੀ ਪ੍ਰੋਸੈਸ਼ਨ ਕਿ ਤੁਹਾਨੂੰ ਅਸੀਂ ਗ੍ਰਾਂਟ ਦੇਵਾਂਗੇ, ਸਾਨੂੰ ਆਪਣੇ ਪਾਰਕਾਂ ਲਈ ਇੱਕ ਓਪਨ ਜਿਮ ਚਾਹੀਦੇ ਨੇ, ਕਿਉਂਕਿ ਉਹਦੇ ਵਿੱਚ ਸਾਡੇ ਬੱਚੇ ਜਿਹੜੇ ਨੇ ਸਪੋਰਟਸ ਵਾਲੇ ਪਾਸੇ ਹੋਣਗੇ, ਨਸ਼ਿਆਂ ਤੋਂ ਦੂਰ ਰਹਿਣਗੇ, ਬੱਚਿਆਂ ਲਈ ਫਿਟਨੈਸ ਰਹੇਗੀ, ਮਤਲਬ ਉਹਦੇ ਲਈ ਅਸੀਂ ਉਹਨਾਂ ਨੂੰ ਇੱਕ ਅਪੀਲ ਕਰਦੇ ਹਾਂ ਕਿ ਸਾਨੂੰ ਜ਼ਰੂਰ ਗ੍ਰਾਂਟ ਦਿੱਤੀ ਜਾਏ ਸਾਡੇ ਪਾਰਕਾਂ ਲਈ। ਇੱਕ ਮੈਡਮ, ਇਸ ਇਲਾਕੇ ਵਿੱਚ ਬੱਚੇ ਬਹੁਤ ਸਾਰੇ ਬਾਹਰ ਗਏ ਹੈਗੇ ਆ, ਜਿਵੇਂ ਮੰਨ ਲਓ ਨੋਰਮਲੀ ਦੋ ਕੁ ਬੱਚੇ ਹੁੰਦੇ ਹਰ ਫੈਮਿਲੀ, ਲੜਕਾ ਲੜਕੀ ਆ, ਲੜਕੀ ਦੀ ਸ਼ਾਦੀ ਹੋ ਕੇ ਆਪਣੇ ਘਰ ਚਲ ਜਾਂਦੀ, ਲੜਕਾ ਬਾਹਰ ਚਲ ਜਾਂਦਾ ਹੈਗਾ। ਇੱਥੇ ਮੈਂ ਦੇਖਿਆ ਹੈਗਾ
ਯੂਜਲੀ ਬਜ਼ੁਰਗ ਕਪਲ ਹੀ ਰਹਿੰਦੇ ਹੈਗੇ ਆ, ਉਹਨਾਂ ਦੀਆਂ ਵੀ ਕੋਈ ਸਮੱਸਿਆਵਾਂ ਆਉਂਦੀਆਂ ਹੈਗੀਆਂ ਕੋਈ ਤੁਹਾਡੇ ਨੋਟਿਸ ਵਿੱਚ ਜਾਂ ਕੋਈ? ਹਾਂਜੀ, ਕਾਫੀ ਸਾਡੇ ਜਿਹੜੇ ਸੀਨੀਅਰ ਹੈਗੇ ਨੇ ਉਹਨਾਂ ਲਈ ਅਸੀਂ ਆਪਣੀ ਇਹ ਲੇਡੀਜ਼ ਦੀ ਟੀਮ ਬਣਾਈਏ ਕਿ ਉਹਨਾਂ ਨੂੰ ਅਸੀਂ ਆਪਣੇ ਨੰਬਰ ਦੇ ਕੇ ਆਏ ਹਾਂ ਕਿ ਕਿਤੇ ਵੀ ਤੁਹਾਨੂੰ ਲੱਗਦਾ ਰਾਤੀ ਤੁਹਾਨੂੰ ਲੋੜ ਪੈਂਦੀ ਪ੍ਰੋਬਲਮ ਹੁੰਦੀ ਹੈ। ਹਾਂਜੀ, ਮੇਰਾ ਜਿਹੜੀ ਵਾਰਡ ਦਾ ਯੂਥ ਹੈ ਬਹੁਤ ਸਹਿਯੋਗ ਦੇ ਰਿਹਾ ਸਾਡੇ ਨਾਲ, ਅਸੀਂ ਫਿਰ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਕਹੀਦਾ ਕਿ ਕਿਤੇ ਰਾਤੀ ਉਹਨਾਂ ਨੂੰ ਕਿਤੇ ਲੋੜ ਪੈਂਦੀ ਹੈ ਜਾਂ ਕੁਛ ਹੈ। ਅਸੀਂ ਸਾਡੇ ਹੋਸਪਿਟਲਸ ਹੈਗੇ ਉਹਨਾਂ ਨਾਲ ਗੱਲ ਕੀਤੀ, ਆਪਣੇ ਗਲੋਬਲ ਹੋਸਪਿਟਲ ਹੈ, ਬਾਕੀ ਸਾਡੇ ਪਾਲ ਹੋਸਪਿਟਲ ਹੈ, ਕਈ ਹੋਸਪਿਟਲ, ਹਾਂਜੀ, ਇਹਨਾਂ ਨਾਲ ਅਸੀਂ ਗੱਲ ਕੀਤੀ ਹੈ ਕਿ ਕਿਤੇ ਸਾਨੂੰ ਲੋੜ ਪੈਂਦੀ ਹੈ ਅਸੀਂ ਉਹਨਾਂ ਨੂੰ, ਸਾਡੇ ਗਰੀਬ ਜਿਹੜੇ ਹੈਗੇ ਨੇ, ਸਾਡੇ ਆਪਣੇ ਸਪੋਂਸਰਸ ਕਾਫੀ ਨੇ ਜਿਹੜੇ ਉਹਨਾਂ ਦੀ ਕਾਫੀ ਮਦਦ ਕਰ ਰਹੇ ਨੇ। ਸਾਡੇ ਗੁਰੂ ਤੇਗ ਬਹਾਦਰ ਨਗਰ ਗੁਰਦੁਆਰਾ ਸਾਹਿਬ ਦੇ ਨੌਵੇਂ ਪਾਤਸ਼ਾਹੀ ਉਹਨਾਂ ਨੇ ਇੱਕ ਡਿਸਪੈਂਸਰੀ ਖੋਲ੍ਹੀ ਹੈ, ਸਾਡੇ ਗਾਬਾ ਸਾਹਿਬ ਨੇ ਖੋਲ੍ਹੀ, ਬਹੁਤ ਜ਼ਿਆਦਾ ਸਾਡਾ ਸਹਿਯੋਗ ਦੇ ਰਹੇ ਨੇ, ਕੋਈ ਸਾਡਾ ਗਰੀਬ ਬੰਦਾ ਜਾਂਦਾ ਉਹਨਾਂ ਦੀ ਪੂਰੀ ਹੈਲਪ ਕਰ ਰਹੇ ਨੇ, ਔਰ ਦਵਾਈਆਂ ਸਾਡੀਆਂ ਸ਼ਾਮੀ 5 to 6 ਫ੍ਰੀ ਮਿਲਦੀਆਂ ਨੇ, ਕੋਈ ਵੀ ਕਿਸੇ ਨੂੰ ਲੋੜ ਹੈ ਸਾਡੇ ਕੋਲ ਆਓ ਅਤੇ ਬਸ ਪੂਰੀ ਦਵਾਈਆਂ ਦੀ ਫ੍ਰੀ ਕਰਵਾ ਰਹੇ ਹਾਂ। ਇਹ ਜਦੋਂ ਦੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਹੈ ਇਹਨਾਂ ਨੇ ਜਿਹੜਾ ਹੈਗਾ ਕੋਟਾ ਵਧਾ ਕੇ ਪੰਚਾਇਤਾਂ ਦਾ ਅਤੇ ਜਿਹੜਾ ਇਹ ਜਿਹੜਾ ਕਾਰਪੋਰੇਸ਼ਨਾਂ ਦਾ 50% ਕਰ ਦਿੱਤਾ, ਉਹਦੇ ਹਿਸਾਬ ਨਾਲ ਸਾਨੂੰ ਲੱਗਦਾ ਵੀ ਜਿਹੜਾ ਲੇਡੀਜ਼ ਵੁਮੈਨ ਨੂੰ ਅੱਗੇ ਆਉਣ ਦਾ ਮੌਕਾ ਮਿਲਿਆ ਅਤੇ ਉਹਨਾਂ ਨੂੰ ਆਪਣੀ ਕਾਬਲੀਅਤ ਵੀ ਦਿਖਾਉਣ ਦਾ ਲੋਕਾਂ ਨੂੰ ਮੌਕਾ ਮਿਲਿਆ। ਹਾਂਜੀ, ਅਸੀਂ ਆਪਣੇ ਕੈਪਟਨ ਅਮਰਿੰਦਰ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੀਆਂ ਲੇਡੀਜ਼ ਨੂੰ ਅੱਗੇ ਆਉਣ ਦਾ ਸਾਨੂੰ ਮੌਕਾ ਦਿੱਤਾ, ਔਰ ਸਾਨੂੰ ਤੁਹਾਨੂੰ ਪਤਾ ਕਿ ਲੇਡੀਜ਼ ਨੂੰ ਵੈਸੇ ਵੀ ਕੰਮ ਕਰਨ ਦਾ ਸ਼ੌਂਕ ਹੁੰਦਾ, ਔਰ ਕਰ ਵੀ ਰਹੀਆਂ ਸੀ ਸਾਰੀਆਂ ਲੇਡੀਜ਼ ਕੌਂਸਲਰ, ਸਾਰਾ ਸਾਡਾ ਗਰੁੱਪ ਬਹੁਤ ਅੱਛਾ ਲੇਡੀਜ਼ ਕੌਂਸਲਰ ਦਾ, ਸਾਡੇ ਲਈ ਕੋਈ ਵੀ ਇਹ ਨਹੀਂ ਹੈਗਾ ਕਿ ਕੋਈ ਵੀ ਵਾਰਡ ਹੈਗੀ ਸਾਡੇ ਕੋਲ ਆਓ, ਕਿਸੇ ਵੀ ਵਾਰਡ ਦਾ ਬੰਦਾ ਸਾਡੇ ਕੋਲ ਆਏ ਅਸੀਂ ਸਾਰੇ ਕੰਮ ਕਰਾਂਗੇ ਜੀ। ਇਹ ਆਮ ਤੌਰ 'ਤੇ ਮੈਡਮ ਜਿਹੜੀਆਂ ਅਮੀਰ ਘਰਾਂ ਦੀਆਂ ਲੇਡੀਜ਼ ਉਹ ਕਈ ਵਾਰੀ ਕਿੱਟੀਆਂ ਕੁੱਟੀਆਂ ਉਹਨਾਂ ਨੇ ਪਾਈਆਂ ਹੁੰਦੀਆਂ, ਐਵੇਂ ਗੱਪਾਂ ਗੁੱਪਾਂ ਮਾਰਦੀਆਂ ਰਹਿੰਦੀਆਂ ਹੈਗੀਆਂ, ਕੁਛ ਉਹ ਵੀ ਕਿੱਟੀਆਂ ਵਾਲੀਆਂ ਲੇਡੀ ਵੀ ਆਪਣੇ ਸੋਸ਼ਲ ਕੰਮਾਂ ਵੱਲ ਪ੍ਰੇਰਿਤ ਕਰ ਰਹੇ ਹੋ? ਜੀ ਜੀ ਬਿਲਕੁਲ ਜੀ, ਸਾਡੀ ਪੂਰੀ ਟੀਮ ਹੈ ਸਾਡੇ ਨਾਲ, ਸਾਡੇ ਜਿੰਨੀਆਂ ਕਿੱਟੀ ਮੈਂਬਰਸ ਨੇ ਕਾਫੀ ਜ਼ਿਆਦਾ ਸਾਡਾ ਸਹਿਯੋਗ ਦੇ ਰਹੇ ਹਾਂ, ਜਿਸ ਤਰ੍ਹਾਂ ਹੁਣ ਅਸੀਂ ਨੀਲੇ ਕਾਰਡ ਹੈ ਇਹਨਾਂ ਦੇ ਫਾਰਮ ਭਰਨੇ ਹੈ, ਅਤੇ ਫਿਰ ਅਸੀਂ 2 ਘੰਟੇ ਅਸੀਂ ਆਪਣਾ ਆਫਿਸ ਖੋਲ ਲਈਦਾ, ਫਿਰ ਉੱਥੇ ਆ ਕੇ ਇਹ ਸਾਡਾ ਸਹਿਯੋਗ ਦੇ ਰਹੇ ਨੇ, ਸਾਰੇ ਸਾਡੇ ਨਾਲ ਫਾਰਮ ਫਿਲ ਕਰਦੇ ਨੇ ਆ ਕੇ, ਔਰ ਪੂਰਾ ਸਾਡਾ ਸਹਿਯੋਗ ਦਿੰਦੇ ਨੇ। ਸਾਡੇ ਕੋਲ ਇੱਕ ਬੂਟਾ ਪਿੰਡ ਦਾ ਸਕੂਲ ਹੈ, ਉਹਦੇ ਵਿੱਚ ਅਸੀਂ ਬੱਚਿਆਂ ਕੋਲ ਪੀਣ ਵਾਸਤੇ ਪਾਣੀ ਨਹੀਂ ਸੀ, ਗੌਰਮੈਂਟ ਸਕੂਲ ਹੈ ਅਤੇ ਉੱਥੇ ਅਸੀਂ ਆਰ ਓ ਲਗਵਾਇਆ ਬੱਚਿਆਂ ਦੇ ਪਾਣੀ ਪੀਣ ਦਾ, ਬੱਚੇ ਕਿ ਜਦੋਂ ਠੰਡਾ ਪਾਣੀ ਪੀਂਦੇ ਨੇ ਤਾਂ ਘਰਾਂ 'ਚ ਵੀ ਲੈ ਕੇ ਜਾ ਰਹੇ ਨੇ। ਉਸ ਤੋਂ ਬਾਅਦ ਉਹਨਾਂ ਦੇ ਬਾਥਰੂਮ ਦੀ ਕਾਫੀ ਪ੍ਰੋਬਲਮ ਸੀ, 3 ਬਾਥਰੂਮ ਉਹਨਾਂ ਦੇ ਹੁਣ ਟਾਇਲਸ ਵਗੈਰਾ ਲਗਵਾ ਕੇ ਅਸੀਂ ਤਿਆਰ ਕਰਵਾਏ ਨੇ। ਕਈ ਵਾਰੀ ਕਿਤੇ ਜਦੋਂ ਖਾਸ ਤੌਰ 'ਤੇ MLA ਜਾਂ ਈਵਨ ਕੌਂਸਲਰ ਵੀ ਕਿਤੇ ਕੋਈ ਲੜਾਈ ਝਗੜਾ ਹੋ ਗਿਆ, ਹੋਰ ਛੋਟੇ ਮੋਟੇ ਇੱਦਾਂ ਦੇ ਹੁੰਦੇ ਰਹਿੰਦੇ ਹੈਗੇ ਆ, ਕਈ ਵਾਰੀ ਤੁਸੀਂ ਆਪਣੇ ਘਰ ਦੇ ਕੰਮਾਂ ਵਿੱਚ ਬਿਜ਼ੀ ਹੋ, ਬੰਦਾ ਆਪਣਾ ਦੁੱਖ ਲੈ ਕੇ ਹਾਜ਼ਰ ਆਇਆ, ਕਦੀ ਤੁਹਾਨੂੰ ਫੀਲ ਨਹੀਂ ਹੁੰਦਾ ਵੀ ਕੀ ਸਰਦਰਦੀ ਲੈ ਲਈ ਮੁੱਲ ਮੈਂ? ਨਹੀਂ ਜੀ, ਮੈਂ ਤਾਂ ਪੂਰਾ ਇੰਜੋਏ ਕਰ ਰਹੀ ਹਾਂ, ਮੈਨੂੰ ਬਾਕੀਆਂ ਦਾ ਤਾਂ ਨਹੀਂ ਪਤਾ, ਪਰ ਕਿਉਂਕਿ ਮੇਰੀ ਬੇਟੀ ਮੈਰਿਡ ਹੈ, ਬੇਟਾ ਮੇਰਾ ਆਸਟ੍ਰੇਲੀਆ ਸਟੱਡੀ ਕਰ ਰਿਹਾ। ਤੁਹਾਡੇ ਕੋਲ ਸਫੀਸ਼ੀਐਂਟ ਟਾਈਮ ਹੁੰਦਾ ਹੈ? ਬਿਲਕੁਲ, ਮੈਨੂੰ ਤਾਂ ਬਹੁਤ ਅੱਛਾ ਲੱਗ ਰਿਹਾ। ਇਹ ਸੁਰਿੰਦਰ ਜੀ ਕਿੰਨਾ ਕੁ ਸਹਿਯੋਗ ਕਰਦੇ ਹੋ ਆਪਣੇ ਮੈਡਮ ਦੇ ਕੰਮਾਂ 'ਚ? ਸੁਰਿੰਦਰ ਜੀ ਕਮਲ ਤਾਂ ਮੈਡਮ ਆਪ ਹੀ ਕਾਫੀ ਕੰਮ ਕਰ ਲੈਂਦੇ ਨੇ। ਅੱਛਾ ਜੀ। ਜਿਹੜਾ ਕੰਮ ਕੋਈ ਪੁਲਿਸ ਦਾ ਹੋਵੇ ਜਾਂ ਮੈਂ ਆਪਣੇ ਜੋਬ ਤੋਂ ਆਫ ਟਾਈਮ ਜਾ ਕੇ ਕਾਫੀ ਉਹਨਾਂ ਦੀ ਹੈਲਪ ਕਰ ਲੈਂਦੇ ਹਾਂ। ਲੜਾਈ ਝਗੜਾ ਟੈਕਲ ਕਰਨਾ, ਸਾਡੇ ਏਰੀਆ 'ਚ ਲੜਾਈ ਝਗੜਾ ਬਹੁਤ ਘੱਟ ਹੈ, ਬਹੁਤ ਘੱਟ ਹੈ। ਸਾਡਾ ਕਾਫੀ ਏਰੀਆ ਵਧੀਆ ਹੈ, ਕਿਉਂਕਿ ਲੜਾਈ ਝਗੜਾ ਦੀ ਪਿਆਰ ਨਾਲ ਬਹਿ ਕੇ ਕੋਸ਼ਿਸ਼ ਕਰੀ ਉਹਨਾਂ ਨੂੰ ਵੀ ਇੱਥੇ ਸੈਟਲ ਕਰ ਦਈਏ, ਥਾਣੇ ਜਾਣ ਦੀ ਨੋਬਤ ਹੀ ਨਾ ਆਵੇ, ਕਿਉਂਕਿ ਬਹੁਤ ਜਿੱਦੀ ਹੋਵੇ ਤੂੰ ਐਸ ਟੀ ਨੂੰ ਬਹਿ ਕੇ ਵੀ ਇਹਨਾਂ ਦਾ ਕੰਪਰੋਮਾਈਜ਼, ਅਸੀਂ ਕੰਪਰੋਮਾਈਜ਼ ਆ ਕੇ ਛੱਡ। ਜੇ ਕੋਈ ਜਿੱਦਾਂ ਵਿਆਹ ਸ਼ਾਦੀਆਂ ਕਿ ਤੁਹਾਨੂੰ ਕੋਈ ਪ੍ਰੋਬਲਮ ਚੱਲ ਰਹੀਆਂ ਕਈਆਂ ਦੀਆਂ, ਅਸੀਂ ਉਹ ਵੀ ਮਸਲਾ ਬਹਿ ਕੇ ਹੱਲ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ ਘਰ ਬਹਿ ਕੇ, ਪੰਚਾਇਤੀ ਫੈਸਲਾ ਹੋਏ ਜਾਣਾ ਵਧੀਆ, ਕੋਰਟਾਂ ਕਚਹਿਰੀ ਨਹੀਂ ਜਾਣਾ। ਅੱਜ ਕੱਲ੍ਹ ਮੈਡਮ ਜਿਹੜਾ ਕੰਪਿਊਟਰ ਇੰਟਰਨੈਟ ਦਾ ਜ਼ਮਾਨਾ ਹੈਗਾ, ਜਿਵੇਂ ਇਹਨਾਂ ਨੇ ਗੱਲ ਕੀਤੀ, ਕਈ ਵਾਰੀ ਨਿਊਲੀ ਵੈਡਡ ਕਪਲ ਦੀ ਵੀ ਆਪਸ ਵਿੱਚ ਐਡਜਸਟਮੈਂਟ ਨਹੀਂ ਹੁੰਦੀ ਹੈਗੀ, ਕੋਈ ਇਦਾਂ ਦੀ ਪ੍ਰੋਬਲਮ ਵੀ ਤੁਹਾਡੇ ਕੋਲ ਹੁੰਦੀ ਹੈ? ਹਾਂਜੀ, ਕਿਉਂਕਿ ਥੋੜਾ ਜਿਹਾ ਬੱਚਿਆਂ 'ਚ ਵੀ ਪੇਸ਼ੈਂਸ ਦੀ ਕਮੀ ਹੈ, ਹਾਂਜੀ, ਪਰ ਥੋੜਾ ਮੈਂ ਘਰਦਿਆਂ ਨੂੰ ਵੀ ਇੱਕ ਰਿਕੁਐਸਟ ਕਰਨਾ ਚਾਹੁੰਦੀ ਹਾਂ ਆਪਣੇ ਉਹਨਾਂ ਦੇ ਫੈਮਿਲੀ ਮੈਂਬਰਸ ਨੂੰ ਕਿ ਬੱਚਾ ਤੁਹਾਡੀ ਫੈਮਿਲੀ 'ਚ ਨਵਾਂ ਆਉਂਦਾ, ਉਹਦੇ ਨਾਲ ਤੁਸੀਂ ਪਲੀਜ਼ ਜ਼ਰੂਰ ਐਡਜਸਟ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਜਦੋਂ ਬੱਚਾ ਨਵਾਂ ਜਾਂਦਾ ਉਸ ਬੱਚੇ ਨੂੰ ਵੀ ਉਸ ਫੈਮਿਲੀ 'ਚ ਜਾ ਕੇ ਥੋੜਾ ਟਾਈਮ ਲੱਗਦਾ, ਪਰ ਘਰਦਿਆਂ ਨੂੰ ਵੀ ਥੋੜਾ ਜਿੰਨਾ ਲੱਗਦਾ ਹੈ ਕਿ ਇਹ ਬੱਚਾ ਸਾਡੇ ਨਾਲ ਐਡਜਸਟ ਨਹੀਂ ਹੋ ਰਿਹਾ, ਪਰ ਮੇਰੀ ਸਾਰਿਆਂ ਨੂੰ ਇਹੀ ਰਿਕੁਐਸਟ ਹੈ ਕਿ ਇਹਨਾਂ ਬੱਚਿਆਂ ਨੂੰ ਜਿਸ ਤਰ੍ਹਾਂ ਤੁਸੀਂ ਆਪਣੀਆਂ ਬੇਟੀਆਂ ਨੂੰ ਪਿਆਰ ਦਿੰਦੇ ਹੋ, ਇਸ ਤਰ੍ਹਾਂ ਹੀ ਇਹਨਾਂ ਬੱਚਿਆਂ ਨੂੰ ਦਿਓ, ਅਤੇ ਆਪਣੀਆਂ ਬੇਟੀਆਂ ਨੂੰ ਵੀ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਵੀ ਉਹਨਾਂ ਨੂੰ ਆਪਣੇ ਮਾਂ ਬਾਪ ਦੀ ਜਗ੍ਹਾ ਰੱਖੋ ਅਤੇ ਉਹਨਾਂ ਦੀ ਰਿਸਪੈਕਟ ਕਰੋ। ਬਹੁਤ ਅੱਛੀ ਗੱਲ। ਭਵਿੱਖ ਵਿੱਚ ਹੋਰ ਕੀ ਕੁਛ, ਅਜੇ ਤਾਂ ਤੁਹਾਡਾ ਜਿਹੜਾ ਟਨਿਓਰ ਸ਼ੁਰੂ ਹੋਈ ਆ ਅਤੇ ਹੋਰ ਬੜਾ ਲੰਬਾ ਟਾਈਮ ਪਿਆ ਹੈਗਾ ਤੁਹਾਡੇ ਕੋਲ, ਹੋਰ ਕੀ ਕੁਛ ਵਧੀਆ ਕੰਮ ਕਰਨ ਦਾ ਇਰਾਦਾ ਹੈ ਤੁਹਾਡਾ? ਵਧੀਆ ਕੰਮ ਇਸ ਤਰ੍ਹਾਂ ਕਿ ਮੈਨੂੰ ਜਿਹੜਾ ਜ਼ਿਆਦਾ ਹੈ ਕਿ ਮੈਂ ਆਪਣੀ ਜਿਹੜੀ 31 ਨੰਬਰ ਵਾਰਡ ਆ ਉਹ ਇੱਕ ਐਗਜ਼ਾਮਪਲ ਬਣਾਉਣਾ ਚਾਹੁੰਦੀ ਹਾਂ, ਅਤੇ ਮੈਂ ਸਾਰੇ
ਉਹਦੇ ਨਾਲ ਸਾਡੇ ਸੀਵਰੇਜ ਬੰਦ ਹੋ ਰਹੇ ਨੇ ਇਸ ਟਾਈਮ, ਔਰ ਜਿਹੜਾ ਸੜਕਾਂ 'ਤੇ ਗੰਦ ਹੈ ਜਿਹੜਾ ਸਭ ਤੋਂ ਜ਼ਿਆਦਾ, ਉਹ 50 ਰੁਪਇਆ ਇੱਕ ਰੇਹੜੀ ਵਾਲਾ ਲੈਂਦਾ, ਅਤੇ ਜੇ ਅਸੀਂ ਮੇਰਾ ਸਹਿਯੋਗ ਦੇਣ ਤਾਂ ਮੈਂ ਤਾਂ ਉਹਨਾਂ ਦੇ ਨਾਲ ਪੂਰਾ, ਬਾਕੀ ਬੱਚਿਆਂ ਦਾ ਮੇਰੇ ਹਿਸਾਬ ਨਾਲ ਕਿ ਬੱਚਿਆਂ ਨੂੰ ਆਪਣੇ ਸਟੱਡੀ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ, ਜਿਹੜੇ ਬੱਚਿਆਂ ਨੂੰ ਸਾਡੀ ਲੋੜ ਹੈ ਉਹ ਸਾਡੇ ਕੋਲ ਆਓ, ਅਸੀਂ ਉਹਨਾਂ ਦੇ ਨਾਲ ਹਾਂ, ਉਹਨਾਂ ਦਾ ਪੂਰਾ ਸਾਥ ਦੇਵਾਂਗੇ। ਬਾਕੀ ਥੋੜ੍ਹਾ ਕਰਪਸ਼ਨ ਦਾ ਕਿ ਇਹ ਸਿਸਟਮ ਆਪਣਾ ਥੋੜ੍ਹਾ ਘੱਟ ਜਾਏਗਾ ਅਤੇ ਮੇਰੇ ਹਿਸਾਬ ਨਾਲ ਸਾਰਾ ਕੰਮ ਜ਼ਿਆਦਾ ਵਧੀਆ ਹੋ ਜਾਏਗਾ। ਚਲੋ, ਤੁਸੀਂ ਪ੍ਰੋਗਰਾਮ ਦੇ ਅਖੀਰ 'ਚ ਜਿਹੜੀਆਂ ਸਾਡੀਆਂ ਅਜੇ ਯੰਗ ਲੇਡੀਜ਼ ਹੈ ਜਿਹੜੀਆਂ ਅਜੇ ਸੋਚ ਰਹੀਆਂ ਵੀ ਮੈਂ ਪੋਲੀਟੀਕਲ ਫੀਚਰ ਬਣਾਉਣਾ ਹੈਗਾ, ਅਤੇ ਉਹਨਾਂ ਨੂੰ ਜ਼ਰੂਰ ਕੋਈ ਵਧੀਆ ਜਿਹਾ ਮੈਸੇਜ ਦਿਓ, ਉਹ ਵੀ ਇਹਨਾਂ ਦੀ ਪਾਰਟੀਸਪੇਸ਼ਨ ਵੱਧ ਜਾਵੇ। ਮੇਰਾ ਮੈਸੇਜ ਇਹੀ ਹੈ ਕਿ ਚਲੋ ਮੇਰੇ ਨਾਲ ਰਲੋ, ਅਸੀਂ ਸਾਰੇ ਰਲ ਕੇ ਇਕੱਠੇ ਕੰਮ ਕਰੀਏ। ਚਲੋ ਜਿੰਨਾ ਕੁ ਬੱਚੇ ਸਾਡੇ ਨੇ, ਜਿਹੜੇ ਬੱਚੇ ਨਹੀਂ ਅਫੋਰਡ ਕਰਦੇ ਟਿਊਸ਼ਨਸ, ਆਪਣੀਆਂ ਕਿੱਟੀਆਂ ਛੱਡ ਕੇ ਅਸੀਂ ਉਹਨਾਂ ਬੱਚਿਆਂ ਨੂੰ ਥੋੜ੍ਹਾ ਟਾਈਮ ਪੜ੍ਹਾਉਣ ਦਾ ਦਈਏ, ਕਿ ਉਹ ਬੱਚਿਆਂ ਦੇ ਲਈ ਜ਼ਿਆਦਾ ਅੱਛਾ ਹੋ ਜਾਏਗਾ ਕਿ ਉਹਨਾਂ ਨੂੰ ਜੇ ਐਕਸਟਰਾ ਟਾਈਮ ਪੜ੍ਹਾਈ ਲਈ ਮਿਲ ਜਾਵੇ। ਬਹੁਤ ਅੱਛੀ ਗੱਲ ਕਹੀ ਹੈਗੀ ਦਰਸ਼ਕੋ ਮੈਡਮ ਨੇ, ਅਤੇ ਮੈਨੂੰ ਉਮੀਦ ਆ ਇਹਨਾਂ ਦੇ ਬੜੇ ਪੋਜ਼ੀਟਿਵ ਵਿਚਾਰ ਮੈਨੂੰ ਲੱਗੇ ਹੈਗੇ। ਜੇ ਤੁਸੀਂ ਵੀ ਸਾਰੇ ਇਸ ਤਰ੍ਹਾਂ ਦੀ ਸੋਚ ਰੱਖੋ ਤਾਂ ਸਾਡਾ ਜਿਹੜਾ ਹੈਗਾ ਪੰਜਾਬ ਇੰਡੀਆ ਦਾ ਬਹੁਤ ਅੱਛਾ ਵਿਕਾਸ ਹੋ ਸਕਦਾ। ਹੁਣ ਅਸੀਂ ਜਿਹੜੀਆਂ ਤੁਹਾਡੀਆਂ ਸਾਥਣਾ ਹੈਗੇ ਉਹਨਾਂ ਨਾਲ ਵੀ ਥੋੜ੍ਹੀ ਜਿਹੀ ਗੱਲਬਾਤ ਕਰ ਲੈਂਦੇ ਹੈਗੇ। ਹਾਂਜੀ ਮੈਡਮ, ਤੁਹਾਡਾ ਨਾਂ ਕੀ ਆ ਵੀ ਤੁਸੀਂ ਦੱਸੋ, ਕਿਹੜਾ ਕਿਹੜਾ ਕੰਮ ਕਰਦੇ ਹੋ ਇਸ ਟੀਮ ਵਿੱਚ? ਮੇਰਾ ਨਾਮ ਗੁਰਮੀਤ ਕੌਰ ਹੈ, ਮੈਂ ਹਰਸ਼ਰਨ ਕੌਰ ਹੈਪੀ ਦੀ ਸਿਸਟਰ ਹਾਂ, ਛੋਟੀ ਭੈਣ ਹਾਂ। ਵਾਹ ਵਾਹ ਵਾਹ, ਨਾਲੇ ਪੁੰਨ ਤੇ ਨਾਲੇ ਫਲੀਆਂ ਹੈ, ਤੁਹਾਡੀ ਸ਼ਕਲ ਵੀ ਦੋਨੋਂ ਭੈਣਾਂ ਦੀ ਬਰਾਬਰ ਮਿਲਦੀ ਹੈਗੀ। ਥੈਂਕ ਯੂ ਜੀ। ਕਿੰਨਾ ਕੁ ਪੜ੍ਹੇ ਲਿਖੇ ਹੋ? ਮੈਂ ਐਮ ਏ ਬੀ ਐਡ ਹਾਂ। ਐਮ ਏ ਬੀ ਐਡ, ਅਦਰਵਾਈਜ਼ ਹਾਊਸ ਵਾਈਫ ਹੋ, ਕੀ ਕਰਦੇ? ਨਹੀਂ, ਮੈਂ 10 ਸਾਲ ਜੋਬ ਕੀਤੀ ਹੈ ਕੈਂਬਰਿਜ ਵਿੱਚ ਵੀ, ਸੇਂਟ ਸੋਲਜਰ ਸਕੂਲ 'ਚ ਬਤੌਰ ਪੰਜਾਬੀ ਅਧਿਆਪਕਾ। ਅੱਛਾ ਅੱਛਾ, ਅਤੇ ਹੁਣ ਫਿਰ ਇਹਦੇ ਵਿੱਚ ਤੁਸੀਂ ਇਹਨਾਂ ਦੀ ਟੀਮ ਵਿੱਚ ਕਿਹੜੇ ਕਿਹੜੇ ਕੰਮ ਕਰਦੇ ਹੋ? ਜਦੋਂ ਵੀ ਇਹਨਾਂ ਨੂੰ ਲੋੜ ਪੈਂਦੀ ਹੈ, ਜਿੱਦਾਂ ਕਿ ਫੋਰਮ ਭਰਨੇ ਹੋਣ, ਕੁਛ ਕਣਕ ਵਗੈਰਾ ਵੰਡਣੀ ਹੈ, ਜਦੋਂ ਪਰਚੀਆਂ ਕੱਟਣੀਆਂ ਹੁੰਦੀਆਂ ਜਾਂ ਸਿਲੰਡਰ ਵਗੈਰਾ ਦਾ ਜਾਂ ਕੁਛ, ਜਦੋਂ ਵੀ ਤੇ ਜ਼ਰੂਰ। ਕਿੰਨੀ ਕੁ ਤੁਹਾਡੀ ਬ੍ਰਿਗੇਡ ਹੈ, ਲੇਡੀ ਬ੍ਰਿਗੇਡ ਕਿੰਨੀ ਕੁ ਮੈਂਬਰਾਂ ਦੀ ਹੈਗੀ? ਸਾਡੇ 4 ਮੈਂਬਰਾਂ ਦੀ। 4 ਮੈਂਬਰਾਂ ਦੀ, ਅੱਛਾ, ਬਹੁਤ ਅੱਛੀ ਗੱਲ। ਹੋਰ ਤੁਸੀਂ ਜਿਹੜੀਆਂ ਲੇਡੀਜ਼ ਵਿਹਲਾ ਆਪਣੇ ਟਾਈਮ, ਕਈ ਕਹਿੰਦੀਆਂ ਜੀ ਸਾਡਾ ਟਾਈਮ ਨਹੀਂ ਪਾਸ ਹੁੰਦਾ, ਵਧੀਆ ਤਰੀਕੇ ਨਾਲ ਟਾਈਮ ਪਾਸ ਕਰ ਲੈਣ ਇੱਦਾਂ ਦੇ ਕੰਮਾਂ ਵਿੱਚ ਆ ਕੇ, ਉਹਨਾਂ ਨੂੰ ਕੋਈ ਸੁਨੇਹਾ ਜ਼ਰੂਰ ਦਿਓ। ਹਾਂਜੀ ਜ਼ਰੂਰ ਜੀ, ਮੇਰੇ ਖਿਆਲ ਨਾਲ ਔਰਤਾਂ ਘਰ ਦੇ ਨਾਲ ਨਾਲ ਬਹੁਤ ਹੋਰ ਕੰਮ ਵੀ ਕਰ ਸਕਦੀਆਂ ਹਨ, ਬਤੌਰ ਜਿੱਦਾਂ ਮੇਰੇ ਵੱਡੇ ਦੀਦੀ ਮੇਰੇ ਲਈ ਇੱਕ ਐਗਜ਼ਾਮਪਲ ਨੇ, ਉਦਾਹਰਣ ਨੇ, ਅਤੇ ਉਹਨਾਂ ਨੇ ਪਰਿਵਾਰਕ ਜ਼ਿੰਮੇਵਾਰੀਆਂ ਬਹੁਤ ਬਖੂਬੀ ਨਿਭਾਈਆਂ ਹਨ। ਅੱਛਾ, ਅਤੇ ਸਾਨੂੰ ਵੀ ਸਗੋਂ ਹੱਲਾਸ਼ੇਰੀ ਦਿੰਦੇ ਆ ਕਿ ਅਸੀਂ ਕਰ ਸਕਦੇ ਹਾਂ ਕੁਛ। ਬਹੁਤ ਅੱਛੀ ਗੱਲ, ਥੈਂਕ ਯੂ। ਕਰਨਾ ਚਾਹੀਦਾ, ਜਿਹੜੇ ਵੀ ਫੀਲਡ ਵਿੱਚ ਕੋਈ ਵੀ ਕੰਮ ਹੈ, ਛੋਟਾ ਵੱਡਾ, ਜਿਹਦੇ 'ਚ ਵੀ ਤਜਰਬਾ ਹੈ, ਜ਼ਰੂਰ ਅੱਗੇ ਵਧਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਬਹੁਤ ਅੱਛੀ ਗੱਲ, ਬਹੁਤ ਬਹੁਤ ਮਿਹਰਬਾਨੀ ਮੈਡਮ। ਹਾਂਜੀ ਮੈਡਮ, ਤੁਹਾਡਾ ਕੀ ਨਾਂ ਹੈ ਵੀ ਤੁਸੀਂ ਇਸ ਟੀਮ ਵਿੱਚ ਕੀ ਕਰਦੇ ਹੋ? ਹਾਂ, ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਬਲਜੀਤ ਕੌਰ ਹੈ। ਹਾਂਜੀ, ਮੈਂ ਇਹਦੀ ਇੱਕ ਫਰੈਂਡ ਹਾਂ, ਫਰੈਂਡ ਵੀ ਭੈਣ ਵੀ। ਬਹੁਤ ਅੱਛੀ ਗੱਲ। ਅਤੇ ਜਿਹੜੇ ਤੁਸੀਂ ਜਾਂ ਸਾਰੇ ਜੋ ਵਾਰਡ ਵਾਸੀ ਹੈ ਉਹ ਇਹਨਾਂ ਕੌਂਸਲਰ ਬਣਨ ਤੋਂ ਬਾਅਦ ਜਾਣਦੇ ਹੈ। ਅੱਛਾ ਜੀ, ਬਹੁਤ ਦੇਰ ਪਹਿਲੇ ਦੀ ਜਾਣਦੇ ਹੈ। ਅੱਛਾ ਅੱਛਾ, ਅਤੇ ਕਿਸ ਤਰ੍ਹਾਂ ਦਾ ਤੁਸੀਂ ਇੱਥੇ ਸੋਸ਼ਲ ਕੰਮ ਕਰਦੇ ਹੋ ਇਸ ਸੈਟਅਪ 'ਤੇ? ਸੋਸ਼ਲ ਕੰਮ ਤਾਂ ਦੇਖੋ, ਅਸੀਂ ਪਹਿਲੇ ਤਾਂ ਕੁਛ ਨਹੀਂ ਕਰਦੇ ਸੀ, ਵਿਹਲੇ ਰਹਿਣ ਵਾਲੇ ਸੀ। ਹਾਂਜੀ, ਅਤੇ ਜਿਹੜੀ ਹੁਣ ਅਸੀਂ ਮੋਟੀਵੇਟ ਹੋਏ ਹਾਂ ਇਹਨੂੰ ਲੈ ਕੇ ਹੋਏ ਹਾਂ, ਹੈਪੀ ਨੂੰ। ਅੱਛਾ ਅੱਛਾ, ਅੱਜ ਤੋਂ ਬੜੇ ਸਾਲ ਪਹਿਲਾਂ ਵੀ ਜਦੋਂ ਇਹ ਕੁਛ ਵੀ ਨਹੀਂ ਸੀ, ਕਾਉਂਸਲਰ ਨਹੀਂ ਸੀ, ਉਦੋਂ ਵੀ ਇਸ ਤਰ੍ਹਾਂ ਹੀ ਮਤਲਬ ਕਿ ਸੋਸ਼ਲ ਵਰਕ, ਸੋਸ਼ਲ ਕੰਮ ਕਰਦੇ ਰਹਿੰਦੇ। ਹਾਂ, ਉਦੋਂ ਵੀ ਕਰਦੀ ਸੀ ਅਤੇ ਮੈਨੂੰ ਲੱਗਦਾ ਉਦੋਂ ਇਸ ਤੋਂ ਜ਼ਿਆਦਾ ਕਰਦੀ ਸੀ। ਅੱਛਾ ਅੱਛਾ, ਹੈ ਨਾ, ਮਤਲਬ ਕਿ ਲੋਕਾਂ ਦੇ ਘਰ 'ਚ ਰਾਸ਼ਨ ਭੇਜਣੇ। ਅੱਛਾ ਜੀ, ਹੈ ਨਾ, ਠੀਕ ਠੀਕ। ਅਤੇ ਅਸੀਂ ਆਪਣੇ ਕਬੀਲਦਾਰੀਆਂ 'ਚ ਫਸੇ ਹੋਏ ਸੀ, ਕੰਮ ਕਰਦੇ ਸੀ ਘਰ 'ਤੇ, ਬੋਰ ਲੱਗਦੀਆਂ ਸੀ ਸਾਨੂੰ ਆ ਚੀਜ਼ਾਂ, ਅਤੇ ਜਦੋਂ ਅਸੀਂ ਹੁਣ ਵਿਹਲੇ ਹਾਂ, ਜਦੋਂ ਸਾਡੇ ਬੱਚੇ ਸੈਟਲ ਹੋ ਗਏ ਹੈ, ਅਤੇ ਸਾਨੂੰ ਉਹ ਵਾਲੀਆਂ ਗੱਲਾਂ ਜਿਹੜੀਆਂ ਇਹਦੀਆਂ ਮੋਟੀਵੇਟ ਕਰੀ ਅਤੇ ਅਸੀਂ ਅੱਗੇ ਆਏ ਹਾਂ। ਪੜ੍ਹਾਈ ਲਿਖਾਈ ਕਿੰਨੀ ਕੀਤੀ ਹੈ? ਪੜ੍ਹਾਈ ਲਿਖਾਈ ਮੇਰੀ, ਮੈਂ ਗ੍ਰੈਜੂਏਟ ਹਾਂ, ਬੱਚੇ ਮੇਰੇ ਸਾਰੇ ਡਾਕਟਰ ਹੈ। ਕਿੱਥੇ ਆ? ਇੱਥੇ ਅਖਬਾਰ ਹੈ। ਹਾਂ, ਮੇਰੀ ਬੇਟੀ ਹੈ, ਉਹ ਹੈਗੀ ਡਾਕਟਰ ਐਮ ਐਸ ਏ ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ, ਜਵਾਈ ਸਾਹਿਬ ਵੀ ਹੈ, ਨੌਵੀਂ ਮੇਰੀ ਐਮ ਡੀ ਮੈਡੀਸਨ ਹੈ, ਬੇਟਾ ਮੇਰਾ ਇੰਜੀਨੀਅਰ ਹੈ, ਅਤੇ ਸਾਨੂੰ ਹੁਣ ਸੁੱਖ ਲੈਣ ਦੀ ਆਦਤ ਪੈ ਗਈ ਹੈ, ਸਾਨੂੰ ਲੱਗਦਾ ਕਿ ਵੀ ਹੈਪੀ ਬਹੁਤ ਕੰਮ ਕਰਦੀ ਹੈ ਅਤੇ ਸਾਨੂੰ ਬਹੁਤ ਤੰਗ ਕਰਦੀ ਹੈ, ਵੀ ਬਹੁਤ ਕੰਮ ਕਰਦੀ ਹੈ ਅਤੇ ਸਾਡੇ ਕੋਲੋਂ ਵੀ ਬੜਾ ਕੰਮ ਕਰਾਉਂਦੀ ਹੈ, ਅਸੀਂ ਕਹਿੰਦੇ ਹਾਂ ਹੈਪੀ ਛੱਡਦੇ ਆ ਜੇ ਆਰਾਮ ਕਰ ਲੈ, ਹਾਏ ਹਾਏ ਦੀ ਵਿਚਾਰੀ ਆ ਗਈ। ਬਹੁਤ ਅੱਛਾ, ਬਹੁਤ ਵਧੀਆ, ਇੱਦਾਂ ਹੀ ਸੋਸ਼ਲ ਕੰਮ ਕਰੀ ਚਲੋ। ਹਾਂਜੀ, ਮਿਹਰਬਾਨੀ, ਥੈਂਕ ਯੂ। ਹਾਂਜੀ ਮੈਡਮ, ਤੁਹਾਡਾ ਕੀ ਨਾਮ ਹੈ ਵੀ ਤੁਸੀਂ ਕੀ ਕਰਦੇ ਹੋ ਇਹਨਾਂ ਨਾਲ ਮੈਡਮ ਨਾਲ? ਪਹਿਲਾਂ ਤਾਂ ਮੈਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੀ ਹਾਂ ਜੀ ਜੀ, ਔਰ ਮੇਰਾ ਨਾਮ ਸੁਰਜੀਤ ਕੌਰ ਜੱਸਲ ਹੈ। ਹਾਂਜੀ, ਔਰ ਮੈਂ ਹੈਪੀ ਦੇ ਨਾਲ ਇਲੈਕਸ਼ਨਾਂ ਦੇ ਟਾਈਮ ਹੀ ਜੁੜੀ ਹਾਂ, ਕਿਉਂ ਪਹਿਲਾਂ ਹੈ ਤਾਂ ਸਾਡੇ ਪੜੋਸੀ ਸੀਗੇ। ਅੱਛਾ ਜੀ, ਪਰ ਮੈਂ ਇਹਨਾਂ ਨੂੰ ਜਾਣਦੀ ਨਹੀਂ ਸੀਗੀ। ਅੱਛਾ ਅੱਛਾ, ਅਤੇ ਵੈਸੇ ਮੈਂ ਸੋਸ਼ਲ ਕੰਮ ਜਿਹੜਾ 92 ਤੋਂ ਮਤਲਬ ਕਰਦੀ ਹਾਂ। ਵੈਰੀ ਗੁੱਡ।
ਤੇ ਕੀ ਕਿਹੜਾ ਕਿਦਾਂ ਦਾ ਸੋਸ਼ਲ ਕੰਮ ਕਰਦੇ? ਸੋਸ਼ਲ ਕੰਮ ਜਿਸ ਤਰ੍ਹਾਂ ਲੋਕਾਂ ਦੀਆਂ ਪੈਨਸ਼ਨਾਂ ਲਗਵਾਉਣੀਆਂ, ਗੁੱਡ ਗੁੱਡ, ਤੇ ਜਿੱਦਾਂ ਮਤਲਬ ਕਿਸੇ ਸਕੂਲ ਦੇ ਵਿੱਚ ਜਿਹੜੇ ਗਰੀਬ ਬੱਚੇ ਆ ਉਹਨਾਂ ਨੂੰ ਯੂਨੀਫਾਰਮ ਵਗੈਰਾ ਦੇਣੀ ਆ, ਅੱਛਾ, ਬਾਕੀ ਹੋਰ ਕੋਈ ਉਹਨਾਂ ਨੂੰ ਜ਼ਰੂਰਤ ਹੈਗੀ ਆ ਉਹ ਦੇਣਾ, ਇਹੋ ਜਿਹੇ ਮਤਲਬ ਕੰਮ ਸ਼ੁਰੂ ਤੋਂ ਮੈਂ ਮਤਲਬ ਕਰਦੀ ਸੀ। ਬਹੁਤ ਅੱਛੀ ਗੱਲ। ਕਿੰਨਾ ਕੁ ਪੜ੍ਹੇ ਲਿਖੇ ਹੋ? ਕੀ ਫੈਮਿਲੀ ਤੁਹਾਡੀ ਸੈੱਟ ਹੋ ਗਈ ਹੈ ਪੂਰੀ? ਹਾਂਜੀ, ਮੇਰੇ ਬੱਚੇ ਬਾਹਰ ਮਤਲਬ ਕੈਨੇਡਾ 'ਚ ਹੈਗੇ ਆ, ਅਤੇ ਮੇਰੇ ਹਸਬੈਂਡ ਟੈਲੀਫੋਨ ਡਿਪਾਰਟਮੈਂਟ 'ਚ STO ਸੀਗੇ, ਅਤੇ ਉਹ 3 ਸਾਲ ਤੋਂ ਮਤਲਬ ਐਕਸਪਾਇਰ ਹੋ ਗਿਆ, ਤਾਂ ਇਸ ਕਰਕੇ ਫਿਰ ਮੈਂ ਥੋੜ੍ਹਾ ਵਿਹਲੀ ਸੀਗੀ। ਹਾਂ, ਹੁਣ ਤੁਸੀਂ ਟਾਈਮ ਇੱਧਰ ਡਿਵੋਟ ਕਰ ਦਿੰਦੇ? ਅਤੇ ਹੁਣ ਮੈਂ ਥੋੜ੍ਹਾ ਟਾਈਮ ਜਿੰਨਾ ਵੀ ਟਾਈਮ ਹੈਗਾ ਮੈਂ ਸਾਰਾ ਹੈਪੀ ਮਤਲਬ ਕਿ ਸਾਡੇ ਕਾਉਂਸਲਰ ਜਿਹੜੇ ਹੈਗੇ ਆ ਅਤੇ ਉਹਨਾਂ ਦੇ ਨਾਲ ਹੀ ਸਪੈਂਡ ਕਰਦੀ ਹਾਂ, ਔਰ ਅੱਛਾ ਵੀ ਲੱਗਦਾ ਹੈ ਵੀ ਜਿੰਨਾ ਵੀ ਮੈਂ ਇਹਨਾਂ ਨੂੰ ਟਾਈਮ ਦੇ ਸਕਾਂ ਅਤੇ ਚੰਗੀ ਗੱਲ ਹੈ। ਚਲੋ, ਸਾਡੀਆਂ ਭਵਿੱਖ ਵਿੱਚ ਥੋੜ੍ਹੀਆਂ ਲੇਡੀਜ਼ ਹੋਰ ਇੱਦਾਂ ਪੋਲਿਟਿਕਸ ਵਿੱਚ ਅੱਗੇ ਆਉਣ, ਸਮਾਜ ਸੇਵਾ ਵਿੱਚ ਆਉਣ, ਉਹਨਾਂ ਨੂੰ ਵੀ ਕੁਝ ਜਾਂਦੇ ਜਾਂਦੇ ਸੁਨੇਹਾ ਦਿਓ। ਬਸ ਸਾਡਾ ਤਾਂ ਸੁਨੇਹਾ ਇਹ ਹੀ ਆ ਵੀ ਜਿੰਨੀਆਂ ਵੀ ਬੀਬੀਆਂ ਹੈਗੀਆਂ ਸਾਰੀਆਂ ਵੱਧ ਚੜ੍ਹ ਕੇ ਮਤਲਬ ਇਸ ਫੀਲਡ ਵਿੱਚ ਅੱਗੇ ਆਉਣ, ਔਰ ਜੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਆ ਅਤੇ ਉਸ ਨੂੰ ਮਤਲਬ ਕਿ ਪਹਿਲ ਦੇ ਆਧਾਰ 'ਤੇ ਮਤਲਬ ਉਹਨੂੰ ਹੱਲ ਕਰਨ, ਔਰ ਸਾਡੀ ਜਿਹੜੀ ਟੀਮ ਹੈਗੀ ਆ ਹਰਸ਼ਨ ਕੌਰ ਹੈਪੀ ਦੀ, ਇਹ ਬਹੁਤ ਵੱਡੀ ਹੈ, ਨਾ ਕਿ ਸਾਡੇ 4 ਮੈਂਬਰਾਂ ਦੀ ਆ, ਇਹ ਬਹੁਤ ਵੱਡਾ ਦਾਇਰਾ ਹੈ, ਕਿਉਂ ਅਸੀਂ ਇਸ ਵੇਲੇ ਇੱਥੇ ਮਤਲਬ ਘੱਟ ਲੇਡੀਜ਼ ਹੈਗੀਆਂ ਅਤੇ ਟੀਮ ਸਾਡੀ ਬਹੁਤ ਵੱਡੀ ਹੈ, ਅਤੇ ਅਸੀਂ ਕੰਮ ਜਿਹੜੇ ਸਾਰਿਆਂ ਨੇ ਮਤਲਬ ਅਲੱਗ ਅਲੱਗ ਮਤਲਬ ਸਾਰੇ ਆਪਣਾ ਕੰਮ ਕਰ ਰਹੇ ਹਾਂ। ਬਹੁਤ ਅੱਛੀ ਗੱਲ। ਮੈਡਮ ਹੈਪੀ, ਤੁਸੀਂ ਜਾਂਦੇ ਜਾਂਦੇ ਸਾਡੀਆਂ ਜਿਹੜੇ ਪੰਜਾਬ ਦੇ ਲੋਕ ਸਾਡੇ ਪੰਜਾਬ ਵਿੱਚ, ਇੰਡੀਆ ਵਿੱਚ ਜਾਂ ਦੇਸ਼ਾਂ ਵਿਦੇਸ਼ਾਂ, ਇੰਗਲੈਂਡ, ਕਨੇਡਾ, ਅਮਰੀਕਾ ਸਾਡਾ ਪ੍ਰੋਗਰਾਮ ਦੇਖ ਰਹੇ ਹੈਗੇ, ਉਹਨਾਂ ਨੂੰ ਖਾਸ ਤੌਰ 'ਤੇ ਲੇਡੀਜ਼ ਨੂੰ ਜ਼ਰੂਰ ਕੋਈ ਜਾਂਦੇ ਜਾਂਦੇ ਸੁਨੇਹਾ ਦਿਓ ਜੀ? ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰੇ ਬਾਹਰ ਵਾਲੇ ਜਿੰਨੇ ਮੇਰੇ ਮੈਂਬਰ ਨੇ, ਮੈਂ ਤੁਹਾਡੇ ਸਾਰੇ ਅੱਗੇ ਇਹ ਰਿਕੁਐਸਟ ਕਰਾਂਗੀ ਕਿ ਜਿਹੜੇ ਤੁਸੀਂ ਆਪਣੇ ਥੋੜ੍ਹਾ ਬਹੁਤਾ ਦਾਨ ਫੰਡ ਕੱਢਦੇ ਹੋ, ਸਾਡੇ ਕੋਲ ਇੱਕ ਸਲਾਮ ਏਰੀਆ ਹੈਗਾ, ਉਹਦੀ ਪਲੀਜ਼ ਆ ਕੇ ਮਦਦ ਕਰੋ। ਸਾਡੇ ਬੱਚੇ ਨੇ ਜਿਹੜੇ ਨਹੀਂ ਪੜ੍ਹਨ ਵਾਲੇ, ਜਾਂ ਉਹਨਾਂ ਦੀਆਂ ਕੋਈ ਯੂਨੀਫਾਰਮ ਦੀ ਡਿਊਟੀ, ਜਾਂ ਸਾਡੀਆਂ ਕਈ ਫੈਮਿਲੀ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਜਿਨ੍ਹਾਂ ਦੇ ਕੋਲ ਖਾਲੀ ਰਾਸ਼ਨ ਵੀ ਨਹੀਂ, ਕਿਉਂਕਿ ਅਸੀਂ ਆਪਣੇ ਕੋਲੋਂ ਜਿੰਨਾ ਕੁ ਮੈਂ ਆਪਣੀ ਤਨਖਾਹ 'ਚ ਹੋ ਸਕਦਾ ਮੈਂ ਕਰਦੀ ਹਾਂ, ਮੇਰੇ ਕੋਈ ਸਪੋਂਸਰਸ ਨਹੀਂ ਮੇਰੇ ਬਾਹਰਲੇ, ਵੱਧ ਤੋਂ ਵੱਧ ਜੇ ਤੁਹਾਡੇ ਕੋਲ ਜਿੰਨਾ ਕੁ ਵੀ ਹੋ ਸਕੇਗਾ ਸਾਡਾ ਸਹਿਯੋਗ ਦਿਓ, ਅਸੀਂ ਤੁਹਾਨੂੰ ਉਹਨਾਂ ਦੇ ਨੰਬਰ ਪਾਵਾਂਗੇ, ਤੁਸੀਂ ਸਿੱਧੇ ਹੀ ਉਹਨਾਂ ਨੂੰ ਰਾਸ਼ਨ ਪਾਣੀ ਦਾ ਬੰਦੋਬਸਤ ਕਰਕੇ ਦੇ ਸਕਦੇ ਹੋ ਅਤੇ ਕਰ ਦੇਣਾ। ਬਹੁਤ ਬਹੁਤ ਮਿਹਰਬਾਨੀ ਦਰਸ਼ਕੋ, ਮੈਡਮ ਹੈਪੀ ਨੇ ਬਹੁਤ ਸੋਹਣਾ ਸੁਨੇਹਾ ਦਿੱਤਾ। ਦੇਖੋ, ਜਿਹੜੇ ਸਾਡੇ ਖਾਸ ਤੌਰ 'ਤੇ ਬਾਹਰ ਸੱਜਣ ਗਏ ਹੋ, ਮੈਂ ਵੀ ਬਾਹਰ ਜਾਂਦਾ ਰਹਿੰਦਾ, ਇੰਗਲੈਂਡ, ਕਨੇਡਾ, ਅਮਰੀਕਾ, ਅਤੇ ਘੁੰਮਦਾ ਫਿਰਦਾ ਰਹਿੰਦਾ, ਜੇ ਥੋੜ੍ਹਾ 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 ਆਪਣੇ ਜਿਹੜੇ ਹੈਗੇ ਇੱਧਰ ਪੰਜਾਬ ਵਿੱਚ ਕਿਤੇ ਕਿਤੇ ਵਾਕਈ ਬਹੁਤ ਜ਼ਰੂਰਤ ਹੁੰਦੀ ਉਹਨਾਂ ਨੂੰ ਵਿਚਾਰਿਆਂ ਨੂੰ, ਕਈ ਵਾਰੀ ਲੋਕਾਂ ਨੂੰ ਰੋਟੀ ਪਾਣੀ ਖਾਣ ਦੀ ਵੀ ਪ੍ਰੋਬਲਮ ਹੈਗੀ, ਬਹੁਤ ਉਹਨਾਂ ਦੀਆਂ ਬੇਸਿਕ ਨੀਡ ਪੂਰੀਆਂ ਨਹੀਂ ਹੈ ਜੇ ਹੋ ਰਹੀਆਂ ਹੈਗੀਆਂ, ਜੇ ਤੁਸੀਂ ਥੋੜ੍ਹਾ ਥੋੜ੍ਹਾ ਇਸ ਤਰ੍ਹਾਂ ਹੈਲਪ ਕਰੋ ਤਾਂ ਬੜੀ ਮਿਹਰਬਾਨੀ ਹੋਏਗੀ। ਇਸ ਤਰ੍ਹਾਂ ਸਾਡੇ ਚੈਨਲ ਨਾਲ ਜੁੜੇ ਰਹੋ, ਸਬਸਕ੍ਰਾਈਬ ਵੀ ਕਰੋ, ਅਸੀਂ ਗਾਂਹ ਵੀ ਅੱਛੇ ਅੱਛੇ ਹੋਰ ਇਸ ਤਰ੍ਹਾਂ ਜਿਹੜੀਆਂ ਪ੍ਰੋਗਰੈਸਿਵ ਲੇਡੀਜ਼ ਆ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਬਹੁਤ ਬਹੁਤ ਮਿਹਰਬਾਨੀ ਤੁਹਾਡਾ, ਸਾਰਿਆਂ ਦਾ ਧੰਨਵਾਦ। ਥੈਂਕ ਯੂ।